ਕਿੰਨਾ ਕ ਖਾਂਦੇ ਸੀ ਸਰਗੁਣ ਸੱਚੀ ਦੱਸਿਓ ਉਹਨਾਂ ਨੂੰ ਤਾਂ ਚਿਕਨ ਬਹੁਤ ਪਸੰਦ ਹੈ ਨਾ ਮੈਂ ਬਹੁਤ ਖਾਣੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਹਨੂੰ ਖਾਣ ਦਾ ਬਹੁਤ ਸ਼ੌਕ ਹੈ ਤੇ ਸਣੇ ਇਨਕਲੂਡਿੰਗ ਦਿਮਾਗ ਬਹੁਤ ਖਾਂਦੀ ਹੈ ਦਿਮਾਗ ਬਹੁਤ ਖਾਂਦੀ ਹੈ ਮੈਨੂੰ ਚੁੱਪ ਹੀ ਕਰ ਗਏ ਮੈਨੂੰ ਭੁੱਖ ਬਹੁਤ ਲੱਗਦੀ ਸੀ ਤੇ ਜਦੋਂ ਮੈਨੂੰ ਖਾਣਾ ਨਹੀਂ ਮਿਲਦਾ ਸੀ ਗਿੱਪੀ ਦਾ ਤਾਂ ਦੇਖੋ ਫਿਕਸਡ ਖਾਣਾ ਹੁੰਦਾ ਉਹਨਾਂ ਦਾ ਤਾਂ ਬੰਦਾ ਰਹਿੰਦਾ ਹਰ 2 ਘੰਟਿਆਂ 'ਚ ਕਦੇ ਇੱਦਾਂ ਕਦੇ ਬਹੁਤ ਹੀ ਸੈਲਡ ਟਾਈਪ ਪਨੀਰ ਬਣ ਗਿਆ ਕਦੇ ਖਾਲੀ ਪੱਤੇ ਜੇ ਖਾ ਲਿਆ ਇਹਨਾਂ ਨੇ ਕਦੇ ਖੀਰਾ ਟਮਾਟਰ ਖਾ ਕੇ ਸਾਰ ਲਿਆ ਇਹਨਾਂ ਨੇ ਸਾਨੂੰ ਕੁਛ ਚਾਹੀਦਾ ਜਿਹਦੇ ਮਤਲਬ ਖਾ ਕੇ ਸਾਨੂੰ ਲੱਗਿਆ ਸੀ ਕੁਛ ਖਾਧਾ ਉਹਨਾਂ ਦੀ ਬਹੁਤ ਗੱਲਾਂ ਕਰਦੀਆਂ ਤੇ ਉਹਨਾਂ ਦੀ ਬਹੁਤ ਤਾਰੀਫ ਕਰਦੀਆਂ ਉਹਨਾਂ ਦੇ ਮੂੰਹ ਤੇ ਨਹੀਂ ਕਰਦੀ ਬਿਕੋਜ਼ ਪਹਿਲੇ ਹੀ ਥੋੜੇ ਜੇ ਬਟ झूठ बोलना हर गल झूठ जो बोल रहे खेड के देख देर नेम गिप्पी वाह फोन नंबर 9810010010 इतना लंबा नंबर ओके कलर ऑफ योर हेयर पिंक गिप्पी गरेवाल स्वीट मतलब कि नहीं है देखो एना दी लास्ट फिल्म तुसी केड़ी देखी सी जट जेम्स बॉन्ड एम इज लेटेस्ट फिल्म चंडीगढ़ अमृतसर चंडीगढ़ एवर बिच्ड अबाउट योर कोएक्टर नेवर ever oh shit ye to maine jhoot bola tha always 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 ever bitched about your co-actor always lied in an interview always okay mumbai not home ever regret about anything yes okay childhood bahut bura point hai point hai wah main ek dar pai vi si photo ooth te baithe di main kya dekh lo baithe di ha diggan di ni oh bhi hai ki ha oh making chauga acha pakki gal ਹੱਦ ਕਰੀਏ ਨਹੀਂ ਕਮਾਲ ਪੱਕੀ ਗੱਲ 24 ਮਹੀਨੇ ਤੁਸੀਂ ਐਂਡ ਚ ਮੇਕਿੰਗ ਦੇਖ ਕੇ ਬਿਨਾ ਨਹੀਂ ਉੱਠਣਾ ਫਿਰ ਐਂਡ ਦੇ ਉੱਤੇ ਜਿੱਥੇ ਰੋਲਿੰਗ ਟਾਈਟਲ ਚੱਲਣੇ ਨੇ ਉੱਥੇ ਉਹੀ ਚੱਲਣਾ ਵਾ ਇਹ ਊਠ ਤੇ ਬੈਠੀ ਸੀ ਜੀ ਨਾਲ ਵਾਲੇ ਊਠ ਤੇ ਮੈਂ ਬੈਠਾ ਸੀਗਾ ਮੇਰੇ ਵਾਲਾ ਊਠ ਖੜਾ ਹੋਇਆ ਇਹਦਾ ਧਿਆਨ ਸੀਗਾ ਉਧਰ ਐ ਕਰੀ ਜਾਂਦੀ ਹੈ ਨਹੀਂ ਮੈਂ ਖੁਦ ਦੇਖੀ ਹੈ ਪਿਕ ਤੁਸੀਂ ਉੱਤੇ ਇਹ ਜਦੋਂ ਉੱਠੀ ਇੱਕਦਮ ਇਹ ਪਹਿਲਾਂ ਹੀ ਡਰੀ ਹੋਈ ਸੀ ਬਹੁਤ ਇਹਨੂੰ ਡਰ ਇੰਨਾ ਲੱਗ ਰਿਹਾ ਸੀ ਇਹ ਊਠ ਤੋਂ ਉੱਠਣ ਦੀ ਸਾਰੀ ਐ ਹੋ ਗਈ ਇਹ ਐ ਹੋਈ ਉਹ ਊਠ ਦੀ ਜਿਹੜੀ ਲਗਾਮ ਜੀ ਸੀ ਉਹ ਚ ਤਾਂ ਗਿੱਟਾ ਫਸ ਗਿਆ ਇਹ ਥੱਲੇ ਨੂੰ ਆਈ ਜਿੱਥੇ ਊਠ ਦਾ ਗੋਡਾ ਆਉਂਦਾ ਵਾ ਉੱਥੇ ਦਾ ਸਿਰ ਸੀਗਾ ਊਠ ਦੇ ਗੋਡੇ ਨਾਲ ਤਾਂ ਐ ਸਿਰ ਵੱਜਦਾ ਜਾ ਰਿਹਾ ਹੈਗਾ ਤਿੰਨ ਚਾਰ ਵਾਰੀ ਊਠ ਵਾਲੇ ਭਾਈ ਨੇ ਚਰਨੇ ਦਾ ਸਿਰ ਫੜਿਆ ਫੜ ਕੇ ਚਾਰ ਬੰਦਿਆਂ ਨੇ ਲਾਈਏ ਆ ਸਾਰੇ ਮੁੰਡਿਆਂ ਨੇ ਫੜ ਕੇ ਇਕੱਠੇ ਹੋ ਕੇ ਲਾਈ ਤਾਂ ਵੱਜ ਗਏ ਨਹੀਂ ਤਾਂ ਹੈ ਊਠ ਵਾਲਾ ਭਾਈ ਕੌਣ ਸੀ ਉਹ ਤਾਂ ਹੋਣਾ ਮਿਲਾ ਤੁਹਾਡਾ ਹੁਣ ਇੰਨਾ ਝੂਠ ਬੋਲ ਹੀ ਰਹੇ ਤੋ ਸ਼ਾਹਰੁਖ ਖਾਨ ਕਰ ਦਿਓ ਪਲੀਜ਼ ਚੰਡੀਗੜ੍ਹ ਵੀ ਤੁਹਾਡਾ ਰਿਸ਼ਤਾ ਹੈ ਆਈ ਮੀਨ ਸੀਰੀਅਸ ਤੇ ਉਹ ਸਿਰ ਵੱਜ ਰਿਹਾ ਗੋਡੇ ਦੇ ਨਾਲ ਪੈਰ ਫਸਿਆ ਮੈਨੂੰ ਘੱਟੋ ਘੱਟ ਖੁਸ਼ੀ ਤਾਂ ਇਮੇਜਿਨ ਕਰਕੇ ਦੇਖੋ ਤੁਹਾਨੂੰ ਵਿਜ਼ੂਅਲੀ ਦੇਖ ਰਿਹਾ ਨਾ ਮੈਨੂੰ ਹਾਸਾ ਆ ਰਿਹਾ ਕੀ ਤੁਸੀਂ ਐਦਾਂ ਸੀ ਵਾਲ ਥੱਲੇ ਆ ਕੇ ਛੜਦੇ ਜਾ ਰਹੇ ਨੇ ਆ ਵਾਟ ਅ ਸੀਨ ਉਹ ਜਿਹੜਾ ਮੇਕਿੰਗ ਤਾਂ ਬਣਦਾ ਹੀ ਆ ਨਾ ਉਹ ਸੀਨ ਚਲੋ ਡੈਪਿਆ ਤੁਹਾਡਾ ਡਾਇਲੌਗ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਵੈਸੇ ਤੁਹਾਨੂੰ ਕਹਿਣਾ ਨਹੀਂ ਚਾਹੀਦਾ ਪਰ ਚਲੋ ਤੁਸੀਂ ਕਹਿੰਦੇ ਕਿਊਟ ਹੀ ਹੈ ਇੱਕ ਵਾਰ ਆਡੀਅנס ਦੇ ਲਈ ਹੋ ਜਾ ਸਰਗੁਣ ਤੁਹਾਨੂੰ ਇੱਕ ਲੈਂਗੁਏਜ ਤਾਂ ਠੀਕ ਤਰ੍ਹਾਂ ਬੋਲਣੀ ਨਹੀਂ ਆਉਂਦੀ ਨੌਂਡਾ ਪਿਆ ਸੌਂਡਾ ਪਿਆ ਕਰੰਡਾ ਪਿਆ ਡੈਪਿਆ 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 ਹਾਂ ਪਰ ਡੈਪਿਆ ਤਾਂ ਡੈਪਿਆ